ਅੱਗੇ ਆਪਾਂ ਪਿੰਡ ਜਾਂ ਘਰਾਂ ਦੇ ਲੋੜੀ ਪਾਉਣੇ ਆ। ਕਿਤੇ ਕੀ ਆਪਾਂ ਲੋੜੀ ਪਾਵਾਂਗੇ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਭਰਾਵਾਂ ਨੂੰ ਇਕੱਠੇ ਕਰਕੇ ਸਾਡੀ ਸੋਚ ਇਹ ਹੀ ਆ ਵੀ ਉਧਰ ਪੱਟੀ ਲੋੜੀ ਪਾਈ ਜਾਵੇ ਭਾਵਾਂ ਦੀ ਰੋਡ ਵੀ ਇੱਕ ਪਾਸੇ ਬੰਦ ਕਰ ਦਈਏ ਵੀ ਉੱਥੇ ਸਾਰਿਆਂ ਨੂੰ ਸੱਦਿਆ ਜਾਵੇ। ਚਲੋ ਜਿੰਨੇ ਕ ਆਪਣੇ ਹੈਗੇ ਆ। ਇੱਥੇ ਜਿਹੜੇ ਨੂੰ ਮੰਨ ਲਓ ਗੁਰੂ ਨੂੰ ਪਿਆਰਾ ਹੁੰਦਾ, ਰੱਬ ਨੂੰ ਪਿਆਰਾ ਹੁੰਦਾ, ਉਹਨੂੰ ਸ਼ਹੀਦ ਕਿਹਾ ਜਾਂਦਾ। ਕਿੱਡਾ ਪਵਿੱਤਰ ਮੰਨ ਲਓ ਵੀ ਇਹ ਅੰਦੋਲਨ ਬਣ ਚੁੱਕਿਆ ਐਡੀ ਪਵਿੱਤਰਤਾ ਵਾਲਾ ਅੰਦੋਲਨ ਆ ਜਦੋਂ ਆਪਾਂ ਕੋਈ ਵਿੱਚ ਗਲਤੀ ਕਰਦੇ ਆ ਤਾਂ ਉਹ ਫਿਰ ਗਲਤ ਹੁੰਦਾ ਕੰਮ ਇੰਨਾ ਕਮਾਲ ਕਿਤੇ ਭਰੋਸਾ ਹੈਗਾ ਵੀ ਜਿੱਤ ਤਾਂ ਆਪਣੀ ਹੋਣੀ ਹੀ ਹੋਣੀ ਆ ਜਿੱਤਣਾ ਆਪਾਂ ਕੋਈ ਗੱਲ ਨਹੀਂ ਮਹੀਨੇ ਨੂੰ ਜਿੱਤ ਜੀਏ 2 ਮਹੀਨੇ ਨੂੰ ਜਿੱਤ ਜੀਏ ਆ ਤਾਂ ਵਧੀਆ ਇਹੋ ਜਿਹੇ ਅੰਦੋਲਨ ਮੈਂ ਕਹਿੰਦਾ ਵੀ ਬਾਰ-ਬਾਰ ਨਹੀਂ ਮਿਲਣਾ ਇਹ ਤਾਂ ਸੇਵਾ ਹੈ ਟੀਮਾ ਦੋ ਨੇ ਜਿਹੜੀ ਟੀਮ ਹਰ ਗਈ ਉਹ ਖਤਮ ਆਪਣਾ ਹਮੇਸ਼ਾ ਲਈ ਖਤਮ ਆ ਉਹਨਾਂ ਦਾ 7 ਸਾਲਾਂ ਦਾ ਇਤਿਹਾਸ ਹੈ ਇਤਿਹਾਸ ਤਾਂ ਕੀ ਆ ਉਹਨਾਂ ਦਾ ਵੀ ਉਹਦਾ ਵੀ ਆ 7 ਸਾਲਾਂ ਦਾ ਹਰਾਜ ਕਹਿ ਲਓ ਤੇ ਇਧਰ 550 ਸਾਲ ਹੋ ਗਿਆ ਸੋ ਤੁਸੀਂ ਦੇਖ ਲਓ ਵੀ ਜਿੱਤੂਗਾ ਕੌਣ ਵੀ 550 ਸਾਲਾਂ ਵਾਲੇ ਜਿੱਤਣਗੇ ਜਾਂ 7 ਸਾਲਾਂ ਵਾਲੇ ਜਿੱਤਣਗੇ ਹੁਣ ਅਸੀਂ ਮਾਰਚ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਵਿੱਚ ਆ ਚੁੱਕੇ ਆ ਗੱਲਬਾਤ ਕਰਾਂਗੇ ਤੁਹਾਨੂੰ ਪਿਛਲੇ ਹਿੱਸਾ ਜਿਹੜਾ ਉਹ ਦੱਸਿਆ ਹੈ ਕਿ ਉੱਥੇ ਕਿੱਦਾਂ ਦਾ ਰਿਹਾ ਜਿਹੜਾ ਐਕਸਪ੍ਰੈਸ ਰੋਡ ਸੀ ਉਹ ਖਾਲੀ ਕਰਨ ਦੇ ਬਾਵਜੂਦ ਜਿਹੜਾ ਥੱਲੇ ਜਿਹੜਾ ਐਡਾ ਵੱਡਾ ਟ੍ਰੈਫਿਕ ਜਿਹੜਾ ਕਿਸਾਨਾਂ ਦਾ ਆਬਦਾ ਹੀ ਲੱਗਿਆ ਰਿਹਾ ਕਿ ਜੇਕਰ ਗੱਲ ਕਰਕੇ 10-15 ਕਿਲੋਮੀਟਰ ਟਿੱਕਰੀ ਬਾਰਡਰ ਦਾ ਆਬਦਾ ਟ੍ਰੈਫਿਕ ਹੀ ਬਣ ਚੁੱਕਿਆ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਤਰਲਾ ਟ੍ਰੈਫਿਕ ਸੀ ਹਰੇਕ ਬਾਰਡਰ ਤੋਂ ਇਦਾਂ ਦੇ ਟਰੈਕਟਰ ਨਿਕਲਨੇ ਰਪਿੰਦਰ ਜਲਾਲ ਸਾਡਾ ਨਾ ਵੀਰ ਮੌਜੂਦ ਨੇ ਲਾਈਵ ਅਸੀਂ ਇਹਨਾਂ ਦੇ ਦੇਖ ਰਹੇ ਸੀ ਸਾਡੀ ਕੋਸ਼ਿਸ਼ ਸੀ ਇਹਨਾਂ ਨੂੰ ਮਿਲ ਜੇ ਕੀ ਲੱਗਦਾ ਜਲਾਲ ਸਾਹਿਬ ਅੱਜ ਜਿਹੜਾ ਟ੍ਰੇਲਰ ਸੀ ਤੇ ਫਿਲਮ ਬਾਕੀ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਕਾਲ ਚੈਨਲ ਤੇ ਜਿੰਨੀ ਵੀ ਸੰਗਤ ਜੁੜੀ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖਿਆ ਤੇ ਤੁਸੀਂ ਦਿਖਾਇਆ ਵੀ ਆ ਵਾਹਿਗੁਰੂ ਦੀ ਬੜੀ ਮਿਹਰ ਆ ਬਹੁਤ ਵੱਡੇ ਪੱਧਰ ਤੇ ਸੰਗਤ ਇੱਥੋਂ ਗਈ ਆ ਹਜੇ ਤਾਂ ਆਪਾਂ ਕਹਿ ਦਈਏ ਨਾ 30% ਹੀ ਗਏ ਸੀ ਭਾਈ 30 ਜਾਂ 40% ਹਜੇ 60% ਹਿੱਸਾ ਜਿਹੜਾ ਉਹ ਬਾਕੀ ਹੈ ਤੇ ਆਉਣ ਵਾਲੀ 26 ਜਨਵਰੀ ਨੂੰ ਉਦੋਂ ਤੁਸੀਂ ਦੇਖਿਓ ਵੀ ਕਿਹੜੇ ਹਿਸਾਬ ਨਾਲ ਹਜੂਮ ਹੋਰ ਵੀ ਆ ਜਾਣਾ ਤੇ ਤੁਹਾਡੇ ਮਾਧਿਅਮ ਜਰੀਏ ਬੇਨਤੀ ਵੀ ਕਰਦੇ ਆ ਵੀ ਠੀਕ ਹੈ ਜਿਹੜੇ ਰਹਿ ਗਏ ਉਹਨਾਂ ਨੂੰ ਬੇਨਤੀ ਕਰਦੇ ਆ ਵੀ 20 ਤਰੀਕ ਤੱਕ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਆਪਾਂ 26 ਤਰੀਕ ਨੂੰ ਜਿਹੜਾ ਆਪਣਾ ਕਾਫਲਾ ਉਹ ਲੱਖਾਂ ਦੀ ਗਿਣਤੀ ਦਾ ਵਿੱਚ ਟਰੈਕਟਰੀ ਹੋਣ ਬੰਦਿਆਂ ਦਾ ਤਾਂ ਬਾਅਦ ਚੋ ਪਤਾ ਲੱਗੂਗਾ ਵੀ ਕਿੰਨੇ ਲੱਖ ਬੰਦੇ ਆ ਬੇਨਤੀ ਕੀਤੀ ਜਾਂਦੀ ਹੈ ਲੋਕਾਂ ਨੂੰ ਕਿ ਪਹੁੰਚਣਾ ਵੱਡੀ ਗਿਣਤੀ 'ਚ ਪਹੁੰਚਣ ਲੋੜੀ ਜਿਵੇਂ ਮਨਾਉਂਦੇ ਆ ਜਾਂ ਮਾਗੀ ਦੇ ਮੇਲੇ ਤੋਂ ਜਿਵੇਂ ਫ੍ਰੀ ਹੁੰਦੇ ਆ ਇੱਧਰ ਨੂੰ ਵੀ ਆ ਘੱਟ ਤੱਕੇ ਆਉਣ ਤੇ 26 ਤਰੀਕ ਤੱਕ 8 ਤਰੀਕ ਦੀ ਮੀਟਿੰਗ ਤੇ ਵੀ ਨਿਗਾਹ ਹੈਗੀ ਆ ਪਰ 26 ਤਰੀਕ ਤੱਕ ਤਾਂ ਕਹਿ ਹੀ ਦਿੱਤਾ ਹੁਣ ਕਿਸਾਨਾਂ ਨੇ ਕਿ ਵੱਡਾ ਜਿਹੜਾ ਇਕੱਠ ਕਰਨ ਨੂੰ ਕਰਕੇ ਵਿਖਾ ਦੇਣਾ ਬਿਲਕੁਲ ਸਹੀ ਗੱਲ ਆ ਬਾਈ ਦੇਖੋ 26 ਤਰੀਕ ਤੱਕ ਆਪਣਾ ਪਹਿਲਾ ਫੈਸਲਾ ਹੋ ਚੁੱਕਿਆ 8 ਤਰੀਕ ਵਾਲੀ ਮੀਟਿੰਗ ਇਹ ਤਾਂ ਸਰਕਾਰ ਵਧੀਆ ਰਹੂਗੀ ਜੇ ਆਪਦਾ ਫੈਸਲਾ ਦੇ ਦੇਣ ਕਿਸਾਨਾਂ ਦੇ ਪੱਖ ਦੇ ਵਿੱਚ ਔਰ ਗੱਲ ਕੀਤੀ ਤੁਸੀਂ ਲੋਹੜੀ ਦੀ ਤੇ ਮਾਗੀ ਦੀ ਮੈਨੂੰ ਇਹ ਨਹੀਂ ਲੱਗਦਾ ਯਾਰ ਵੀ ਇਤੋਂ ਵਧੀਆ ਮਾਹੌਲ ਕੀ ਹੋਊਗਾ ਅੱਗੇ ਆਪਾਂ ਪਿੰਡ ਜਾਂ ਘਰਾਂ ਦੇ ਲੋਹੜੀ ਪਾਉਣੇ ਆ ਤੇ ਐਤਕੀ ਆਪਾਂ ਲੋਹੜੀ ਪਾਵਾਂਗੇ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਭਰਾਵਾਂ ਨੂੰ ਇਕੱਠੇ ਕਰਕੇ ਸਾਡੀ ਸੋਚ ਇਹ ਹੀ ਆ ਵੀ ਉਧਰ ਵੱਡੀ ਲੋਹੜੀ ਪਾਈ ਜਾਵੇ ਭਾਵਾਂ ਦੀ ਰੋਡ ਵੀ ਇੱਕ ਪਾਸੇ ਬੰਦ ਕਰ ਦਈਏ ਵੀ ਉੱਥੇ ਸਾਰਿਆਂ ਨੂੰ ਸੱਦਿਆ ਜਾਵੇ ਚਲੋ ਜਿੰਨੇ ਕ ਆਪਣੇ ਹੈਗੇ ਆ ਜਿੱਥੇ ਆਪਣੀ ਰਹਿ ਆਸ਼ ਹਨ ਵੀ ਉੱਥੇ ਸਾਰਿਆਂ ਨੂੰ ਸੱਦ ਕੇ ਆਪਾਂ ਇੱਕ ਚੰਗਾ ਮੈਸੇਜ ਦਈਏ ਵੀ ਆਪਾਂ ਇੱਥੇ ਹੀ ਮਨਾਈਏ ਲੋਹੜੀ ਤੇ ਮਾਗੀ ਅ ਬਾਕੀ ਜਿਹੜੇ ਗੇਵ ਵੀ ਆ ਭਰਾ ਪੰਜਾਬ ਉਹਨਾਂ ਨੂੰ ਬੇਨਤੀ ਆ ਜਿਹੜੇ ਇੱਥੋਂ ਜਾਂ ਉੱਥੇ ਕਈ ਇਹਨਾਂ ਪਲਾਨ ਹੁੰਦੇ ਆ ਵੀ ਆਪਾਂ ਮਾਗੀ ਤੋਂ ਬਾਅਦ ਜਾਵਾਂਗੇ ਲੋੜੀ ਤੋਂ ਬਾਅਦ ਵੀ ਪਹੁੰਚ ਜੋ ਵੱਧ ਤੋਂ ਵੱਧ ਬਸ ਇਹੀ बार-बार ਇਹੀ ਬੇਨਤੀ ਕਰਦੇ ਆ ਵੀ ਹੁਣ ਜਾਨੀ ਕਿ ਮੈਚ ਉਹਦੇ ਕਹਿਣਾਂ ਕੋਲ ਸੈਮੀਫਾਈਨਲ ਤੇ ਫਾਈਨਲ ਹੀ ਆ ਕੁਆਟਰ ਕੁਟਰਾ ਆਪਾਂ ਸਾਰੇ ਖੇੜ ਲਿਆ ਕਿ ਨਹੀਂ ਸੈਮੀਫਾਈਨਲ 'ਚ ਹੁਣ ਪਹੁੰਚੇ ਖੜੇ ਆ ਤੇ ਫਾਈਨਲ ਵਾਲਾ ਜਿਹੜਾ ਖੇਡਣਾ ਹੈ ਇਹ ਜੋ ਫੈਸਲਾ ਕੁਆਟਰਫਾਈਨਲ ਆਪਾਂ ਖੇੜਿਆ ਅਏ ਅੱਜ ਜਿਹੜਾ ਆਪਣਾ ਜੱਥੇਬੰਦੀਆਂ ਦਾ ਜੋ ਵੀ ਪ੍ਰੋਗਰਾਮ ਸੀਗਾ ਟਰੈਕਟਰਾਂ ਵਾਲਾ ਤੇ ਸੈਮੀ ਫਾਈਨਲ ਆ ਵੀ ਆਪਾਂ ਟੀਮਾਂ ਵੀ ਦੋ ਹੀ ਨੇ ਤੇ ਜੇ ਉਹਨੂੰ ਫਾਈਨਲ ਸਮਝਣਾ ਤਾਂ ਠੀਕ ਹੈ ਠੀਕ ਹੈ ਬਾਈ ਟੀਮਾਂ ਦੋ ਨੇ ਜਿਹੜੀ ਟੀਮ ਹਰ ਗਈ ਉਹ ਖਤਮ ਆ ਆਪਣਾ ਹਮੇਸ਼ਾ ਲਈ ਖਤਮ ਆ ਉਹਨਾਂ ਦਾ 7 ਸਾਲਾਂ ਦਾ ਇਤਿਹਾਸ ਹੈ ਇਤਿਹਾਸ ਤਾਂ ਕੀ ਆ ਉਹਨਾਂ ਦਾ ਵੀ ਉਹਦਾ ਵੀ ਆਹ 7 ਸਾਲਾਂ ਦਾ ਹਰਾਜ ਕਹਿ ਲੋ ਤੇ ਇਧਰ 550 ਸਾਲ ਹੋ ਗਿਆ ਤੁਸੀਂ ਦੇਖ ਲਓ ਵੀ ਜਿੱਤੂਗਾ ਕੌਣ ਵੀ 550 ਸਾਲਾਂ ਵਾਲੇ ਜਿੱਤਣਗੇ ਜਾਂ 7 ਸਾਲਾਂ ਵਾਲੇ ਜਿੱਤਣਗੇ ਜਿੱਤਣਾ ਆਪਾਂ ਹੀ ਆ ਪਰ ਜਿੱਤਣਾ ਕਿਵੇਂ ਆ ਇਹ ਸਾਡੇ ਕੱਠ ਨੇ ਜਿੱਤਣਾ ਜਿੰਨੀ ਅਸੀਂ ਲਾਮਬੰਦੀ ਹੋਰ ਇੱਥੇ ਕਰਾਉ ਸਮਝੌਤਾ ਕਰ ਲੈਣ ਵੀ ਕਹਿ ਦਿੰਦੇ ਵੀ ਤੁਹਾਡਾ ਵੱਡਾ ਇਤਿਹਾਸ ਆ ਤੁਹਾਡਾ ਵੱਡਾ ਰਾਜੇ ਰਹੇ ਆ ਤੁਹਾਡੇ ਮਤਲਬ ਤੁਹਾਨੂੰ ਦੇ ਦਿੰਨੇ ਆ ਤੁਹਾਨੂੰ ਤੇ ਮੈਨੂੰ ਲੱਗਦਾ ਫਿਰ ਉਹਨਾਂ ਦੀ ਵੀ ਇੱਜ਼ਤ ਜਿਹੜੀ ਉਹ ਵਰਕਰਾਂ ਨੇ ਲੈਗੀ ਉਹਨਾਂ ਦਾ ਬਾਈ ਜੀ ਬੜਪਨ ਹੋਊਗਾ ਇਹ ਚੀਜ਼ ਦੇ ਲਈ ਜੇ ਉਹ ਬੰਦੇ ਇੱਥੋਂ ਇਹ ਫੈਸਲਾ ਕਰਨ ਵੀ ਸੰਗਤ ਜਿੱਤੀ ਅਸੀਂ ਹਾਰੇ ਤਗਾ ਤਾਂ ਮੈਂ ਕਹਣਾ ਵੀ ਉਹਨਾਂ ਦੇ ਮਾੜੇ ਮੋٹے ਕੱਖ ਰਹਿ ਜਾਣਗੇ ਤੇ ਜੇ ਉਹ ਕਹਣਗੇ ਵੀ ਅਸੀਂ ਅਸੀਂ ਅੜੀ ਚਾਂ ਜਾਂ ਇਦਾਂ ਇਦਾਂ ਐਨੇ ਬੰਦੇ ਖੜੇ ਐ ਕੋਈ ਬੰਦਾ ਵੈਕ ਮੋੜਨ ਵਾਲਾ ਨਹੀਂ ਐਨੇ ਜੀ ਨੂੰ ਮਰਜ਼ੀ ਜੀ ਦੀ ਮਰਜ਼ੀ ਟਰਾਲੀ ਚ ਪੁੱਛ ਲੋ ਬਜ਼ੁਰਗ ਵੀ ਇਹੀ ਗੱਲ ਕਹਿੰਦੇ ਅਸੀਂ ਸੀ ਸਾਲ ਦੇ ਵੀ ਫੱਟੇ ਚੱਕ ਕੇ ਜਾਵਾਂਗੇ ਬੇਫਿਕਰ ਹੋ ਜੋ ਸ਼ਾਂਤ ਮਈ ਢੰਗ ਨਾਲ ਸਾਨੀ ਅੰਦੋਲਨ ਦੇ ਨਾਲ ਨਾਲ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਵੀ ਹੋਇਆ ਤੁਹਾਡੇ ਸਿਰ ਤੇ ਵੀ ਜਿਹੜੀਆਂ ਕੇਸਰੀ ਦੇ 17 ਜਿਹੜੀਆਂ ਸੋਨ ਲੱਗ ਹਾਂ ਵਧੀਆ ਦੇਖੋ ਇਹ ਚੀਜ਼ ਸਾਡੇ ਲਈ ਬਹੁਤ ਜ਼ਰੂਰੀ ਹੈ ਅ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਥੇਬੰਦੀਆਂ ਸਾਡੇ ਲਈ ਬਹੁਤ ਮਾਣਨੇ ਸਾਡਾ ਸਾਨੂੰ ਇਕੱਠੇ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਤੇ ਇਹ ਦਸਤਾਰਾਂ ਜਿਹੜੀਆਂ ਇਹ ਕੇਸਰੀ ਰੰਗ ਹੈ ਜਿਹੜਾ ਸਾਡੇ ਸਾਨੂੰ ਗੁਰੂ ਨੇ ਦਿੱਤਾ ਤੇ ਇਹਦੀ ਵੀ ਜਾਨੀ ਕਿ ਵੀ ਆਪਾਂ ਕਹਿ ਦਈਏ ਵੀ ਗੱਲ ਹੋਣੀ ਚਾਹੀਦੀ ਆ ਜਥੇਬੰਦੀਆਂ ਦੇ ਝੰਡੇ ਨਾਲ ਮੈਂ ਕਹਿੰਨਾ ਵੀ ਨਾਲ ਕੇਸਰੀ ਰੰਗ ਦਾ ਝੰਡਾ ਵੀ ਜਰੂਰ ਹੋਣਾ ਕਿੰਨੇ ਝੰਡੇ ਹੋ ਜਾਣਗੇ ਹੁਣ ਮਹਾਰਾਜ ਦੇਖੀ ਜਾਓ ਤੁਸੀਂ ਮਹਾਰਾਜ ਨੇ ਕਰਾਉਣੇ ਆ ਜਿੰਨੇ ਵੀ ਹੋਏ ਆਪਾਂ ਤਾਂ ਤੁਹਾਨੂੰ ਬੇਨਤੀ ਕੀਤੀ ਸੀ ਤੁਸੀਂ ਲੈ ਕੇ ਆਏ ਹੋ ਆਉਣ ਵਾਲੇ ਦਿਨਾਂ 'ਚ ਦੇਖਿਓ ਵੀ ਬਸ ਝੰਡੇ ਹੀ ਝੰਡੇ ਹੋ ਜਾਣੇ ਆ ਕੇਸਰੀ ਨਿਸ਼ਾਨ ਦੇ ਝੰਡੇ ਕਿਸਾਨੀ ਦੇ ਨਾਲ ਨਾਲ ਹਾਂ ਜ਼ਰੂਰੀ ਆ ਕਿਉਂ ਜ਼ਰੂਰੀ ਹੈ ਕਿਉਂਕਿ ਕਈ ਬੰਦੇ ਦੇ ਲੈਂਦੇ ਵੀ ਇੱਥੇ ਮਾਲਾ ਵੀ ਇੱਕ ਧਰਮ ਦੇ ਲੋਕ ਨਹੀਂ ਜਾਂ ਇਦਾਂ ਵੀ ਜੇ ਆਪਾਂ ਚਾਂਦਨੀ ਚੌਕ ਦੀ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਨੇ ਸੀਸ ਕੀ ਦੇ ਲਈ ਕਿਟਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪ ਦਾ ਪਰਿਵਾਰ ਪੂਰੇ ਇੱਕ ਤਪਾਸੇ ਦਾ ਕਹਿਣਾ ਵੀ ਜੇ ਹਿੰਦੁਸਤਾਨ ਭਾਰਤ ਨਾ ਹੁੰਦਾ ਜੇ ਦਸ਼ਮੀਸ਼ਪਤਾ ਨਾ ਹੁੰਦਾ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਆ ਤੇ ਅੱਜ ਉਹਨਾਂ ਦਾ ਨਿਸ਼ਾਨ ਉਹਨਾਂ ਦੇ ਨਿਸ਼ਾਨ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਪੂਰੇ ਦੇਸ਼ ਨੂੰ ਬਚਾਉਣ ਦੀ ਲਈ ਗੱਲ ਹੈ ਹਮੇਸ਼ਾ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਵੀ ਗੱਲ ਪੂਰੇ ਦੇਸ਼ ਦੀ ਹੋ ਰਹੀ ਹੈ ਅੱਜਲਾ ਮਾਰਚ ਜਿਹੜਾ ਰਿਹਾ ਸਕਸੈਸਫੁਲ ਹੋਇਆ ਹੈ ਨਾ ਵੱਡਾ ਮਾਰਚ ਸੀ ਰੋਕਿਆ ਵੀ ਨਹੀਂ ਗਿਆ ਅ ਕਹਿਣ ਨੂੰ ਲੱਗਦਾ ਸੀ ਰੋਕਿਆ ਜਾਊਗਾ ਸਾਨੂੰ ਮਿਸ਼ਨ ਦੇ ਹੋ ਸਕਦਾ ਜਿਹੜਾ ਇਹਨੂੰ ਐਕਸਪ੍ਰੈਸ ਰੋਡ ਤੇ ਚੜਨਾ ਦੇਣਗੇ ਪਰ ਸਕਸੈਸਫੁਲ ਰਿਹਾ ਇਹ ਕਿਵੇਂ ਦੇਖਦੇ ਹੋ ਇਹਨੂੰ ਐਡਾ ਵੱਡਾ ਮਾਰਚ ਅੱਜ ਜਿਹੜਾ ਨਿਕਲਿਆ ਤੇ ਕੀ ਸੁਨੇਹਾ ਰਹੂਗਾ ਦਿੱਲੀ ਨੂੰ ਮੈਂ ਤਾਂ ਗਿਆ ਨਹੀਂ ਵੈਸੇ ਕਿਉਂਕਿ ਇੱਥੇ ਸੀਗੇ ਮੈਂ ਆਪਣੀ ਤਾਂ 26 ਤਰੀਕ ਵਾਲੇ ਤੇ ਆਖਾ ਵੀ ਉੱਤੇ ਜਲਾਂਗੇ ਮੈਂ ਰਹਿ ਅਸਲ ਕਰਿਆ ਹੁਣ ਦਿਓ ਤੇ ਦੇਖੋ ਜੇ ਹੁਣ ਆਪਾਂ ਇੱਥੋਂ ਚਲੇ ਜਾਂਦੇ ਇੱਥੇ ਜਿਹੜੀਆਂ ਲੋਡਾਂ ਸਿਆਂ ਚ ਦੁੱਧ ਬਾਦ ਆਇਆ ਉਹ ਸਾਰਿਆਂ ਨੂੰ ਵਰਤਾਇਆ ਪਿੱਛੇ ਤੋਂ ਲੈ ਕੇ ਇਧਰ ਤੱਕ ਵੀ ਅੱਜ ਇਹਦੋਂ ਅੱਗੇ ਤੁਹਾਡਾ ਕਿੰਨੇ ਕਿਲੋਮੀਟਰ ਅਗਲੇ ਪਾਸੇ ਤੁਹਾਡੇ ਜਿੱਥ ਜਿੱਥੇ ਸਾਡਾ ਸਟੇਜ ਆ ਉਹ 4 ਕਿਲੋਮੀਟਰ ਜਿਹੜੀ ਜਮਾਂ ਸਟੇਜ ਆ ਉਹ ਮੇਨ ਲਾਦਾ ਵੀ ਹੈਗੀ 10-12 ਕਿਲੋਮੀਟਰ ਇੱਥੇ ਇਸ ਥਾਂ ਤੋਂ ਇੱਥੋਂ ਇੱਥੋਂ ਤੇ ਪਿੱਛੇ ਵੀ ਮੇਨ ਲਾਦਾ ਵੀ 10-12 ਕਿਲੋਮੀਟਰ ਹੈਗਾ 20 ਤੋਂ 25 ਕਿਲੋਮੀਟਰ ਜਿਹੜਾ ਇਹ ਟਿੱਕਰੀ ਵਾਲਾ ਲੰਮਾ ਸਾਰਾ ਟਿੱਕਰੀ ਵਾਲਾ ਜਿੰਨੀ ਹੁਣ ਸੰਗਤ ਖੜੀ ਆ ਇਹ 20 ਤੋਂ 25 ਹੈ ਪਰ ਜੇ ਸਾਰੀ ਸੰਗਤ ਜਿਹੜੀ ਆਸੇ ਪਾਸੇ ਗਰਾਊਂਡਾਂ 'ਚ ਖੜੀ ਆ ਕੋਈ ਕਿੱਥੇ ਖੜਿਆ ਕੋਈ ਕਿੱਥੇ ਖੜਿਆ ਵੀ ਜੇ ਆਪਾਂ ਉਹ ਕਰੀਏ ਤਾਂ ਪੂਰਾ 50 ਕਿਲੋਮੀਟਰ ਦਾ ਜੇ ਕਰੋ ਸਾਰਾ ਇੱਕ ਲੰਮੀ ਲਾਈਨ ਚ ਲਾ ਦਿੰਦੇ ਆ ਤੇ ਲੰਮੀ ਲਾਈਨ ਦੋਵੇਂ ਸੜਕਾਂ ਬਲੌਕ ਦੋਨੇ ਸੜਕਾਂ ਬਲੌਕ ਕਰਕੇ ਲਾਉਣ ਦੋਨੇ ਸੜਕਾਂ ਇਹ ਹੁਣ ਤਾਂ ਇੱਕ ਪਾਸੇ ਖੜੇ ਆ ਨਾ ਆਪਾਂ ਜੇ ਵਨਵੇ ਤੇ ਇੱਕ ਪਾਸੇ ਛੱਡਿਆ ਹੋਇਆ ਜੇ ਦੋਨੇ ਪਾਸੇ ਖੜਾਉਣਾ ਹੋਣ ਤਾਂ ਪੂਰਾ ਪ੍ਰੋਪਰ ਤਰੀਕੇ ਨਾਲ 50 ਕਿਲੋਮੀਟਰ ਦਾ ਕਾਫਲਾ ਇਹ ਹੈਗਾ ਜੀ ਵੱਡਾ ਇਕੱਠ ਹੈ ਥੱਲੇ ਪਾਸੇ ਪਰ মিডিਆ ਦੀ ਕਮੀ ਨਹੀਂ ਲੱਗਦੀ ਇਸ ਵਾਸਤੇ ਅੱਜ ਕਵਰੇਜ ਕਰਦੇ ਆ ਸਾਨੂੰ মিডিਆ ਘੱਟ ਇੱਥੇ ਘੱਟੋ ਘੱਟ 3 ਤੋਂ 3.5 ਲੱਖ ਜਿਹੜਾ ਕਿਸਾਨ ਆ ਪੰਜਾਬ ਹਰਿਆਣਾ ਰਾਜਸਥਾਨ ਦਾ ਪੱਕਾ ਬੈਠਾ ਜਿਹੜਾ ਇੱਥੇ ਤੇ ਜਿਹੜੀ ਆਵਾਜਾਈ ਆ ਅੱਗੇ ਮੁੜਗੇ ਆ ਅੱਗੇ ਮੁੜਗੇ ਲੱਖ ਬੰਦਾ ਉਹ ਹੈਗਾ ਆ ਦੇਖ ਲੋ ਇੰਨੇ ਬੰਦੇ ਖੜੇ ਆ ਕਈ 26 ਦੇ ਵੀ ਆਏ ਹੋਣਗੇ ਕਈ ਨਵੰਬਰ ਤੋਂ ਮੀਡੀਏ ਨਾਲ ਸਾਡਾ ਰੋਸ ਹੈਗਾ ਬਾਈ ਸਿੱਧੀ ਗੱਲ ਤੋਂ ਦਸੀਏ ਕਿਉਂਕਿ ਮੈਂ ਇਹ ਨਹੀਂ ਕਹਣਾ ਮੇਰੇ ਕੋਲੇ ਆਓ ਆ ਸੰਗਤ ਹੈ ਨਾ ਜਿਹੜੀ ਬੈਠੀ ਇਹਨਾਂ ਨੂੰ ਵੀ ਦਿਖਾਉਣਾ ਜ਼ਰੂਰੀ ਆ ਜੇ ਜਿਹੜੇ ਕਲਾਕਾਰ ਆਏ ਆ ਜਾਂ ਵੱਡੇ ਚਿਹਰਿਆਂ ਨੂੰ ਦਿਖਾਉਣਾ ਜ਼ਰੂਰੀ ਆ ਆ ਬਾਬੇ ਹੁਣਾਂ ਨਹੀਂ ਦੇਖਿਓ ਮਾੜਾ ਦਿਖਾਇਓ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹਨਾਂ ਦੇ ਤੱਥ ਕੱਢਿਆ ਇਹਨਾਂ ਨੇ ਆਪਦੇ ਤੇ ਹੰਡਾਇਆ ਸਾਰਾ ਮੇਰੇ ਅਰਗੇ ਨੇ ਤਾਂ ਪੜ ਕੇ ਸਾਰਾ ਕੁਝ ਕਰ ਦੇਣਾ ਜਾਂ ਵੀ ਮਾੜਾ ਮੋਟਾ ਦੇਖਿਆ ਹੁੰਦਾ ਵੀ ਐਦਾਂ ਕੀਤੀਆਂ ਐਦਾਂ ਜ਼ਮੀਨਾਂ ਬਣਾਈਆਂ ਇਹਨਾਂ ਨੇ ਬਣਾਈਆਂ ਹੰਡਾਇਆ ਇਹਨਾਂ ਨੇ ਸਾਰਾ ਕੁਝ ਆਪ ਦਿੱਤੇ ਬਾਪੂ ਆਪਣੇ ਤੋਂ ਕੇਸਰੀ ਝੰਡੀ ਲੈ ਗਿਆ ਤੇ ਨਾਲ ਹੀ ਉਹਨੇ ਕੇਸਰੀ ਲਾਤੀ ਬਾਈ ਤੁਸੀਂ ਦੇਖ ਲਓ ਤਾਂ ਆਪਾਂ ਹਜੇ ਉਹ ਕਰ ਲਈ ਕਿਉਂਕਿ ਮੇਰਾ ਬਾਲੇ ਲੋਕਾਂ ਨਾਲ ਉੱਥੇ ਵਾਦਾ ਹੋਇਆ ਵਾ ਤਾਂ ਕਰਕੇ ਹਨ ਮੈਨੂੰ ਆਇਆ ਵੀ ਕਿਹੜਾ ਮੈਂ ਉੱਧਰ ਲਿਆ ਸੀ ਗਿਆ ਉੱਥੇ ਨਾ ਜਿੰਨਾ ਉਹਦੇ ਕੋਲ ਮਾਲ ਸਾਰਾ ਚੱਕ ਲਿਆ ਤੇ ਸਾਡੀ ਵੀ ਸੋਚ ਸੀ ਵੱਡਾ ਲੈ ਕੇ ਗਿਆ ਪਰ ਕੋਸ਼ਿਸ਼ ਜਿਹੜੀ ਹੋ ਹੌਲੀ 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 ਕੋਈ ਨਹੀਂ ਛੱਬੀ ਬਹੁਤ ਦੂਰ ਆ ਹਜੇ ਮਹਾਰਾਜ ਕਿਰਪਾ ਕਰਨ ਹੋ ਜਾਣਾ ਸਾਰਾ ਕੁਝ ਹੁਣ ਕੀ ਸਨੇਹਾ ਕੀ ਹੈ ਲੋਕਾਂ ਨੂੰ ਕੀ ਲੱਗਦਾ ਸਨੇਹਾ ਲੋਕਾਂ ਨੂੰ ਇਹੀ ਹੈ ਜਿਹੜੇ ਇੱਥੇ ਲੋਕਲ ਨੌਜਵਾਨ ਭਰਾ ਨੇ ਸਾਡੇ ਹੁਣ ਆਪਾਂ ਅਗਵਾਈ ਕਰ ਰਹੇ ਆਂ ਪੰਜਾਬ ਅਗਵਾਈ ਕਰ ਰਿਹਾ ਇਸ ਅੰਦੋਲਨ ਦੀ ਪੂਰੇ ਵਰਲਡ ਦਾ ਇਹ ਅੰਦੋਲਨ ਬਣ ਗਿਆ ਆਪਾਂ ਇੱਥੋਂ ਕੋਈ ਇਹੋ ਜਿਹੀ ਗਲਤੀ ਨਾ ਕਰਕੇ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਆ ਵੀਰ ਡੱਕ ਡੁੱਕ ਲਾ ਕੇ ਨੱਚਣ ਟੱਪਣ ਵਾਲਾ ਕੰਮ ਜਿਹੜਾ ਆਪਾਂ ਬੰਦ ਕਰੀਏ ਇੱਕ ਸ਼ਹਿਰ ਚ ਜਾਣਾ ਆਪਾਂ ਬੰਦ ਕਰੀਏ ਕਿਉਂਕਿ ਜੇ ਕੋਈ ਵੀ ਬੰਦਾ ਮੰਨ ਲਓ ਰਪਿੰਦਰ ਗਲਤੀ ਕਰਦਾ ਉਹਦੇ ਵੀ ਕਿਹਾ ਸੀ ਬਦਨਾਮੀ ਕੌਮ ਦੀ ਆ ਸੋ ਮੇਰਾ ਵੀਰ ਬਣ ਕੇ ਕੋਈ ਇਹੋ ਜੀ ਆਪਾਂ ਗਲਤੀ ਨਾ ਕਰੀਏ ਜਿਹਦੇ ਕਰਕੇ ਸਾਡੇ ਬਜ਼ੁਰਗ ਜਿਹੜੇ ਸਾਲਾਂ ਤੋਂ ਡੀਕ ਰਹੇ ਸੀਗੇ ਵੀ ਸਾਡੀ ਨੌਜਵਾਨੀ ਸਾਡੇ ਨਾਲ ਕਦੋਂ ਤੁਰੂਗੀ ਜਿਹਦੇ ਕਰਕੇ ਉਹਨਾਂ ਦਾ ਦਿਲ ਟੁੱਟੇ ਆਪਾਂ ਦਿਲ ਇੱਥੇ ਜੋੜਨ ਆਏ ਆ ਦਿਲ ਤੋੜਨ ਨਹੀਂ ਆਏ ਦਿਲ ਤੋੜਨ ਵਾਲੇ ਤਾਂ ਮੋਦੀ ਵਰਗੇ ਬੈਠੇ ਆ ਉਹਨਾਂ ਨੇ ਤਾਂ ਆਪਣੇ ਬਥੇਰੇ ਦਿਲ ਤੋੜੇ ਆ ਕਦੇ ਜੀਐਸਟੀ ਕਦੇ ਨੋਟਬੰਦੀ ਕਦੇ ਕੋਈ ਫਤਵਾ ਕਦੇ ਕੋਈ ਫਤਵਾ ਕਦੇ ਕੋਈ ਫਤਵਾ ਹੋਣਾ ਆ ਕਰੋਨਾ ਕਾਲ ਦੇ ਵਿੱਚ ਆ ਫਤਵਾ ਜਾਰੀ ਕਰਨਾ ਸੋ ਹੁਣ ਆਪਾਂ ਜ਼ੁਲਮ ਦੇ ਵਿਰੁੱਧ ਡਟ ਕੇ ਖੜੇ ਹੋਏ ਆਗਵਾਈ ਆਪਣਾ ਪੰਜਾਬ ਕਰ ਰਿਹਾ ਬਾਕੀ ਸਾਰੇ ਆਪਣੇ ਬੇਸ਼ੱਕ ਉਹਨਾਂ ਦੀ ਆਬਾਦੀ ਆਪਣੇ ਨਾਲੋਂ ਵੱਧਾ ਤੋਂ ਛੋਟੇ ਭਰਾ ਬਣ ਕੇ ਆਪਣੇ ਨਾਲ ਖੜੇ ਨੇ ਪੂਰੇ ਵਰਲਡ ਦੀ ਇਹ ਲੜਾਈ ਹੈ ਸੋ ਮੇਰੇ ਵੀਰਾਂ ਨੂੰ ਹੱਥ ਵਨ ਕੇ ਬੇਨਤੀ ਆ ਵੀ ਆਪਾਂ ਇਹ ਕੰਮ ਜਿਹੜਾ ਡੱਕ ਡੁਕ ਲਾ ਕੇ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕੁਝ ਕੁ ਪਰਸੈਂਟ ਹੈਗੇ ਆ ਜਿਹੜੇ ਕਿ ਤੇ ਰਾਤ ਨੂੰ ਨਹੀਂ ਡੇਕਦੇ ਦਿਨੇ ਲਾ ਲਓ ਚੱਲ ਜੇ ਕਿਸਾਨੀ ਦੀ ਗੱਲ ਹੁੰਦੀ ਤੇ ਕੋਈ ਕਿਸਾਨੀ ਦੀ ਹੋਣੀ ਚਾਹੀਦੀ ਹੈ ਦਿਨੇ ਲਾਓ ਆਪਾਂ ਕਿਸੇ ਨੂੰ ਰੋਕਦੇ ਨਹੀਂ ਠੀਕ ਆ ਰਾਤ ਨੂੰ ਹਣ 12 ਵਜੇ ਪਏ ਹੁੰਦੇ 1 ਵਜੇ ਪਿਆ ਹੁੰਦਾ ਉਧਰੋਂ ਗੱਲ ਕਰਦੇ ਜਾਂਦੇ ਹੁੰਦੇ ਵੀ ਆਪਣੀ ਕਿਸਾਨੀ ਦੇ ਗੀਤ ਕਈ ਤਾਂ ਦੂਜੇ ਹੀ ਲਾਈ ਫਿਰਦੇ ਆ ਉਦੋਂ ਨਾ ਫਿਰ ਦੁੱਖ ਹੁੰਦਾ ਯਾਰ ਅੱਜ ਨੇ ਇੱਕ ਚੀਜ਼ ਦੇਖਣ ਨੂੰ ਮਿਲੀ ਰਪਿੰਦਰ ਕੇ ਟਰੈਕਟਰਾਂ ਦੇ ਅੱਗੇ ਨਾ ਤਸਵੀਰਾਂ ਲੱਗੀਆਂ ਸੀ ਜਿਹੜੇ ਏਰੀਆ ਨਾਲ ਸੰਬੰਧਿਤ ਮੁੰਡਿਆਂ ਦੀ ਸ਼ਹਾਦਤ ਹੋਈ ਹੋਵੇ ਚਾਹੇ ਬਜ਼ੁਰਗ ਹੋਵੇ ਚਾਹੇ ਮਾਤਾ ਹੋਵੇ ਉਹ ਵੇਖ ਕੇ ਅੱਖਾਂ 'ਚ ਪਾਣੀ ਆਉਂਦਾ ਵੀ ਵਾਕੇ ਯਾਰ ਅੱਜ ਜਿਉ ਨਹੀਂ ਤੇ ਉਹਨਾਂ ਦੀਆਂ ਤਸਵੀਰਾਂ ਤਾਂ ਉਸ ਰੋਡ ਤੇ ਫਿਰਦੀਆਂ ਅੰਦੋਲਨ ਦਾ ਹਿੱਸਾ ਮੈਂ ਮੈਂ ਭਾਈ ਇੱਕ ਗੱਲ ਕਹਿਣਾ ਹਨਾ ਜਿਹੜਾ ਤਾਂ ਬੰਦਾ ਹਣਾ ਉਹ ਯਾਰ ਮਰ ਗਿਆ ਫਲਾਣਾ ਫੁਲਾਣੇ ਨੂੰ ਆ ਚੀਜ਼ ਹੋ ਗਈ ਜਿਹੜਾ ਇੱਥੇ ਮਰਦਾ ਇਹ ਤਾਂ ਅੰਦੋਲਨ ਦੀ ਇੰਨੀ ਰਿਸਪੈਕਟ ਹੋ ਗਈ ਆ ਇੱਥੇ ਜਿਹੜੇ ਨੂੰ ਮੰਨ ਲਓ ਗੁਰੂ ਨੂੰ ਪਿਆਰਾ ਹੁੰਦਾ ਰੱਬ ਨੂੰ ਪਿਆਰਾ ਹੁੰਦਾ ਉਹਨੂੰ ਸ਼ਹੀਦ ਕਿਹਾ ਜਾਂਦਾ ਕਿੱਡਾ ਪਵਿੱਤਰ ਮੰਨ ਲਓ ਵੀ ਇਹ ਅੰਦੋਲਨ ਬਣ ਚੁੱਕਿਆ ਐਡੀ ਪਵਿੱਤਰਤਾ ਵਾਲਾ ਅੰਦੋਲਨ ਆ ਜਦੋਂ ਆਪਾਂ ਕੋਈ ਵਿੱਚ ਗਲਤੀ ਕਰਦੇ ਆ ਤਾਂ ਉਹ ਫਿਰ ਗਲਤ ਹੁੰਦਾ ਕੰਮ ਮੈਂ ਵਾਰ-ਵਾਰ ਇਹੀ ਕਹਿਣਾ ਵੀ ਜੇ ਕੋਈ ਵੀ ਬੰਦਾ ਗਲਤੀ ਕਰਦਾ ਬਜ਼ਨਾਮੀ ਪੂਰੀ ਕੌਮ ਦੀ ਹੋਣੀ ਆ ਬਦਾਮੀ ਪੂਰੇ ਪੰਜਾਬ ਦੀ ਹੋਣੀ ਆ ਕਿਉਂਕਿ ਗੋਦੀ মিডিਆ ਸਾਨੂੰ ਲਬਦਾ ਫਿਰਦਾ ਬਾਕੀ ਤੁਸੀਂ ਗੱਲ ਕੀਤੀ ਸ਼ਹੀਦਾਂ ਦੀ 50 ਤੋਂ ਵੱਧ ਜਿਹੜੇ ਸਾਡੇ ਬਜ਼ੁਰਗ ਵੀ ਸੀਗੇ ਨੌਜਵਾਨੀ ਸੀਗੇ 50 ਘਰਾਂ ਦੇ ਵਿੱਚ 70 ਵਸ ਚੁੱਕੇ ਆ ਯਾਰ ਜਿੰਨਾ ਉਹ ਸਾਡੇ ਪਰਿਵਾਰਕ ਮੈਂਬਰ ਹੀ ਨੇ ਜਿੰਨਾ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਹੈਪਨ ਹੋ ਜਾਂਦੇ ਆ ਮੌਤਾਂ ਹੋ ਜਾਂਦੀਆਂ ਉੱਥੇ ਫਿਰ ਡੀਜੇ ਨਹੀਂ ਲੱਗਦੇ ਹੁੰਦੇ ਉੱਥੇ ਫਿਰ ਗਾਣੇ ਨਹੀਂ ਚੱਲਦੇ ਹੁੰਦੇ ਉੱਥੇ ਐਦਾਂ ਦਾ ਮਾਹੌਲ ਨਹੀਂ ਹੁੰਦਾ ਉੱਥੇ ਸ਼ਾਂਤਮਈ ਮਾਹੌਲ ਹੁੰਦਾ ਉੱਥੇ ਇੱਕ ਆਪਾਂ ਕਹਿ ਦਈਏ ਵੀ ਦੁੱਖ ਵਾਲਾ ਮਾਹੌਲ ਹੁੰਦਾ ਸੋ ਅਸੀਂ ਦੁੱਖ ਦੇ ਵਿੱਚ ਆਏ ਹੋਏ ਆ ਗੁਰੂ ਮਹਾਰਾਜ ਦਾ ਨਾਮ ਜਪੀਏ ਵਾਹਿਗੁਰੂ ਵਾਹਿਗੁਰੂ ਕਰੀਏ ਚੰਗਾ ਮਾੜਾ ਟਾਈਮ ਸਾਰਿਆਂ ਤੇ ਆਉਂਦਾ ਠੀਕ ਹੈ ਪਰ ਸਾਨੂੰ ਜਿਵੇਂ ਕਹਿੰਦੇ ਹੁੰਦੇ ਉਹ ਵੀ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਹੋ ਜਾਣਾ ਚਾਹੀਦਾ ਸੋ ਬਾਰ-ਬਾਰ ਬੇਨਤੀ ਇਹੀ ਆ ਵੀ ਆਪਾਂ ਉਹਨਾਂ ਲੋਕਾਂ ਨੂੰ ਭਲਾ ਨਹੀਂ ਸਕਦੇ ਜੀ ਬਿਲਕੁਲ ਸਹੀ ਗੱਲ ਹੈ ਕਿ ਆਪਾਂ ਪੰਜਾਬ ਦੇ ਵਿੱਚ ਲੰਮਾ ਸਫ਼ਰ ਰਿਹਾ ਪਹਿਲਾ ਕਿਸਾਨੀ ਅੰਦੋਲਨ ਦਾ ਪਹਿਲਾ ਪ੍ਰਚਾਰ ਕੀਤਾ ਦੋ ਮਹੀਨੇ ਜਿਹੜੇ ਆਪਾਂ ਬੈਠੇ ਰਹੇ ਆ ਨਾ ਉਦੋਂ ਵੀ 25 ਤਰੀਕ ਨੂੰ ਨਿਕਲਣੇ ਸ਼ੁਰੂ ਹੋ ਗਏ ਸੀਗੇ 25 ਤੋਂ 1 ਮਹੀਨਾ ਵਿੱਚ ਪੂਰਾ ਗਿਆ ਜਦੋਂ 25 ਦੇ ਕੁਝ ਦਿਨ ਹੋ ਤੇ 7 ਦਿਨ ਉੱਪਰ 1 ਮਹੀਨਾ ਤਾਂ ਛੇ 12 13 ਦਿਨ ਮੰਨਦੇ ਅੱਜ ਤੇ ਉਹਦਾ ਸਫ਼ਰ ਕਿਵੇਂ ਲੱਗਦਾ ਇੱਥੇ ਤੁਸੀਂ ਵੀ ਉਸ ਦਿਨ ਤੋਂ ਹਾਜ਼ਰ ਆ ਕਿਵੇਂ ਲੱਗਦਾ ਇੱਥੇ ਅੱਗੇ ਨਾਲ 42 ਦਿਨ ਹੋ ਗਏ ਘਰੋਂ ਨਿਕਲੇ ਨੂੰ 26 ਨਵੰਬਰ ਜਾਂ 42 43 ਜਾਂ 42 ਪੂਰਾ ਮੈਨੂੰ ਐਂਦਾ ਲੱਗਦਾ ਬਾਈ ਇੱਕ ਦਿਨ ਵੀ ਥਕਾਨ ਨਹੀਂ ਮਹਿਸੂਸ ਹੋਈ ਇੱਕ ਦਿਨ ਵੀ ਇਦਾਂ ਨਹੀਂ ਲੱਗਿਆ ਯ ਇਦਾਂ ਲੱਗਦਾ ਵੀ ਗਾਂ ਨੂੰ ਨੰਗਣਾ ਪਿੰਡ ਦਾ ਪਿੱਛੇ ਤਾਂ ਕੀ ਆ ਬਾਅਦ ਚ ਦੇਖਾਂਗੇ ਹਾਂ ਚੌਥੀ ਵਾਰ ਨਹੀਂ ਆ ਰਿਹਾ ਮੈਂ ਹਾਂ ਵੀਰ ਹਾਂ ਕਰੇ ਜਿਹੜੇ ਇੱਥੋਂ ਜਾਂਦੇ ਵੀ ਆ ਨਾ ਕਿਸੇ ਦੀ ਮਜਬੂਰੀ ਹੈ ਕਿਸੇ ਨੂੰ ਕੁਮਾਰੀ ਮੁੱਟੀ ਵਿਆਹ ਸ਼ਾਦੀ ਹੈ ਜਾਂ ਕੋਈ ਹੋਰ ਆ ਦਿਲ ਨਹੀਂ ਲੱਗਦਾ ਬਾਈ ਕਰੇ ਹੁਣ ਤਾਂ ਐ ਹੋਇਆ ਪਿਆ ਵੀ ਜਿੱਦੇ ਜਿੱਤ ਕੇ ਜਾਵਾਂਗੇ ਆ ਘਰ ਕਿਵੇਂ ਪੱਠਾਂਗੇ ਵੀ ਆ ਜਿਹੜੇ ਆਪ ਦੇ ਆਪ ਬਣਾ ਕੇ ਦਾ ਜੀ ਕਰਦਾ ਇੰਨੇ ਬੰਦੇ ਖੜੇ ਆ ਵੀ ਕਿਵੇਂ ਯਾਰ ਐ ਜਿਵੇਂ ਆਪ ਦੇ ਘਰਾਂ ਦਾ ਮੋਹ ਹੁੰਦਾ ਨਾ ਜਿਹੜੇ ਆਪ ਬਣਾਏ ਆ ਮਿਹਨਤ ਨਾਲ ਸਾਡੇ ਲੋਕਾਂ ਨੇ ਉਵੇਂ ਹੀ ਮਿਹਨਤ ਨਾਲ ਇਹ ਬਣਾਏ ਆ ਤੇ ਯਾਰ ਔਖਾ ਹੋ ਜਾਣਾ ਇਹ ਢੇੜ ਨੇ ਬਹੁਤ ਔਖੇ ਹੋ ਜਾਣਿਆ ਕੋਈ ਗੱਲ ਨਹੀਂ ਯਾਰ ਮਹੀਨਾ ਤੰਬੂ ਹੀ ਆ ਤੰਬੂ ਬਟਾ ਹੈ ਭਾਈ ਤੰਬੂ ਹੀ ਆ ਕੋਈ ਗੱਲ ਨਹੀਂ ਮਹੀਨਾ ਮਹੀਨਾ ਦੋ ਮਹੀਨੇ ਲਵਾ ਯਾਰ ਮੋਦੀ ਨੂੰ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਇਹ ਇੰਨਾ ਮਾਲਕ ਤੇ ਭਰੋਸਾ ਹੈ ਭਾਈ ਦੇਵਿੰਦਰ ਕਹਿੰਦਾ ਕਿ ਦੋ ਮਹੀਨੇ ਦੋ ਕੀ ਯਾਰ ਵਿਸਾਖੀ ਤੱਕ ਮੈਂ ਕਹਿੰਦਾ ਵੀ ਆਪਾਂ ਇੱਥੇ ਯਾਰ ਜਿਹਦਾ ਚੱਕ ਜੇ ਹੋ ਗਿਆ ਤੇ ਇਤਿਹਾਸ ਵੱਡਾ ਸਿਰਜਿਆ ਜਾਣਾ ਕਿ ਬਾਈ ਆਪਾਂ ਤੁਹਾਡੇ ਨਾਲ ਆਕਾਲ ਚੈਨਲ ਤੇ ਬੇਨਤੀ ਕਰਦੇ ਆ ਵੀ ਇੱਕ ਦਿਨ ਵੀ ਘਰੇ ਨਹੀਂ ਜਾਂਦੇ ਯਾਰ ਇਹਦੋਂ ਪਹਿਲਾਂ ਵੀ ਨਹੀਂ ਗਏ ਵਿਸਾਖੀ ਤੱਕ ਆਪਾਂ ਇੱਥੇ ਹੀ ਬੈਠਾਂਗੇ ਜਗਿੰਦਰ ਸਿੰਘ ਅਗਰਾਹਾਂ ਦਾ ਬਿਆਨ ਆਇਆ ਸੀ ਵੀ ਆਪਾਂ ਵਿਸਾਖੀ ਤੱਕ ਬਹਿਣਾ ਮੈਂ ਕਹਿੰਦਾ ਵੀ ਆਪਾਂ ਤਾਂ ਉਦੋਂ ਆਪਦੇ ਦਿਮਾਗ 'ਚ ਹੀ ਗੱਲ ਪਾ ਲਈ ਸੀ ਵੀ ਵਿਸਾਖੀ ਤੱਕ ਹੀ ਬੈਠੇ ਆ ਯਾਰ ਬਾਈ ਸਾਡਾ ਜਿਹੜਾ ਭਾਈਚਾਰਾ ਰਹਿ ਗਿਆ ਆ ਹਰਿਆਣੇ ਤੋਂ ਨਹੀਂ ਅਸੀਂ ਮਿਲਣਾ ਸੀ ਕਦੇ ਇਹਨਾਂ ਨੂੰ ਨਹੀਂ ਸੀ ਮਿਲਣਾ ਸਾਨੂੰ ਤਾਂ ਯਾਰ ਇਕੱਠੇ ਕਰਤਾ ਇਹਨਾਂ ਨੇ ਯਾਰ ਬਹੁਤ ਵਧੀਆ ਗੱਲ ਆ ਇੰਨਾ ਕਮਾਲ ਕਿਤੇ ਭਰੋਸਾ ਹੈਗਾ ਵੀ ਜਿੱਤ ਤਾਂ ਆਪਣੀ ਹੋਣੀ ਹੀ ਹੋਣੀ ਆ ਜਿੱਤਣਾ ਆਪਾਂ ਕੋਈ ਗੱਲ ਨਹੀਂ ਮਹੀਨੇ ਨੂੰ ਜਿੱਤ ਜੀਏ 2 ਮਹੀਨੇ ਨੂੰ ਜਿੱਤ ਜੀਏ ਆ ਤਾਂ ਵਧੀਆ ਇਹੋ ਜਿਹਾ ਅੰਦੋਲਨ ਮੈਂ ਕਹਿੰਦਾ ਵੀ बार-बार ਨਹੀਂ ਮਿਲਣਾ ਇਹ ਤਾਂ ਸੇਵਾ ਹੈ ਇਹ ਤਾਂ ਲੁੱਟ ਲੋ ਬਾਈ ਮੇਲਾ ਜਿੰਨਾ ਲੁੱਟ ਸਕਦੇ ਆ ਸੇਵਾ ਕਰਕੇ ਆਪਣੀ ਤਾਂ ਇਹ ਸੋਚ ਆ ਬਾਕੀ ਇੰਨੀ ਸੰਗਤ ਇਕੱਠੀ ਹੋ ਗਈ ਆ ਇੰਨੇ ਬੰਦੇ ਖੜੇ ਆ ਮੈਨੂੰ ਲੱਗਦਾ ਵੀ ਇਹਨਾਂ ਨੂੰ ਮੈਂ ਪਹਿਲੀ ਪੱਲੀ ਵਾਰੀ ਮਿਲਿਆ ਹੋਊਗਾ ਇੱਥੇ ਤੇ ਇਹਨਾਂ ਨੂੰ ਜੇ ਇੱਥੇ ਅੰਦੋਲਨ ਚ ਨਾ ਆਏ ਹੁੰਦੇ ਤਾਂ ਆਪਾਂ ਜ਼ਿੰਦਗੀ ਚ ਕਦੇ ਇਹਨਾਂ ਰੂਹਾਂ ਦੇ ਦਰਸ਼ਨ ਨਹੀਂ ਸੇਵਾ ਨਹੀਂ ਬਿਲਕੁਲ ਨਹੀਂ ਹੋਣੀ ਸੀ ਕਦੇ ਵੀ ਉਹਨਾਂ ਸੋਚਿਆ ਤੱਕ ਵੀ ਨਹੀਂ ਸੀਗਾ ਸੋਚਿਆ ਵੀ ਨਹੀਂ ਸੀ ਤੇ ਬਾਬੇ ਨਾਨਕ ਦੀ ਇਹ ਸੰਗਤ ਆ ਜਿੰਨੀ ਦੀ ਸੇਵਾ ਕਰਾਂਗੇ ਉਹ ਨਹੀਂ ਥੋੜੀ ਹੈ ਬਾਕੀ ਜਿਹੜੇ ਹਾਂ ਤੁਸੀਂ ਲੰਗਰ ਵਰਤਾ ਰਹੇ ਸੀ ਕਿ ਕਿ ਧੀਆਂ ਤੋਂ ਬਾਅਦ ਕਿਸੇ ਦੇ ਪੁੱਤ ਹੋਇਆ ਤੇ ਉਹਨੇ ਬਾਦਾਮਾਂ ਦਾ ਲੰਗਰ ਲਾਇਆ ਨਹੀਂ ਨਹੀਂ ਉਹਨਾਂ ਨੇ ਬਾਦਾਮਾਂ ਦਾ ਲੰਗਰ ਨਹੀਂ ਲਾਇਆ ਬਾਦਾਮਾਂ ਦਾ ਲੰਗਰ ਵਾਲੇ ਆਪਣੇ ਛੱਬੇ ਥਿਆੜੇ ਹੋਣੀਆਂ ਅਮਰੀਕਾ ਤੋਂ ਉਹਨਾਂ ਨੇ ਸਾਨੂੰ ਟੈਲੀਫੋਨ ਕਰਕੇ ਇਹ ਵੀ ਕਹੀਆ ਉਹਨਾਂ ਦਾ ਵਧੀਆ ਕਾਰੋਬਾਰ ਆ ਉੱਥੇ 11500 ਇਕੜ ਜਿਹੜਾ ਹੈਗਾ ਉਹਨਾਂ ਦਾ ਬਦਾਮਾ ਦਾ ਤੇ ਗਰੋਟਾਂ ਦਾ ਪ੍ਰਵਾਹ ਨਹੀਂ ਕਰਨੀ ਕਹਿੰਦੇ ਕਿਸ ਗੱਲ ਦੀ ਵੀ ਆਈ ਤੁਹਾਡੇ ਨਾਲ ਉਹ ਜਿਹੜੀ ਗੱਲ ਤੁਸੀਂ ਦੋ 3 ਤੋਂ ਬਾਅਦ ਇੱਕ ਪੁੱਤ ਦੀ ਦਾਤ ਬਖਸ਼ੀਆ ਗੁਰੂ ਮਹਾਰਾਜ ਨੇ ਮਾਨੂੰ ਕੇ ਗੱਲ ਪਿੰਡ ਤੋਂ ਉਹਨਾਂ ਨੇ ਨਾਂ ਰੱਖਿਆ ਅੰਦੋਲਨ ਸਿੰਘ ਬੱਚੇ ਦਾ ਨਾਂ ਦੇਖ ਲਓ ਵੀ ਕਿੰਡੀ ਵੱਡੀ ਗੱਲ ਆ ਅੰਦੋਲਨ ਸਿੰਘ ਨਾਂ ਰੱਖਿਆ ਵੀ ਇਤਿਹਾਸਾ ਹੋਣਾ ਚਾਹੀਦਾ ਬਿਲਕੁਲ ਬੋਲੇ ਏ ਸੋਨਹਾ ਹਾ ਹਾਲੇਲੀਆ ਸੋ ਐਨੀ ਹਾਂ ਐਨੀ ਪਵਿੱਤਰਤਾ ਆਪਾ ਸਿੰਘ ਜਦੋਂ ਨਾਂ ਰੱਖਤਾ ਤੇ ਜਦੋਂ ਤੱਕ ਰਹੂਗਾ ਜਾਂਦੇ ਪੁੱਤ ਪੁੱਤਰ ਹਣ ਕੇ ਸਾਰੀ ਉਮਰ ਅੰਦੋਲਨ ਸਿੰਘ ਦਾ ਕਾਰਨ ਪੁੱਛਣਾ ਉਹ ਪੀੜੀ ਬਦਲ ਗਈ ਤੇ ਲੋ ਅੰਦੋਲਨ ਸਿੰਘ ਅਗਲਾ ਕਹਿੰਦਾ ਅੰਦੋਲਨ ਦਾ ਕੀ ਮਤਲਬ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਆਉਣੀਆਂ ਜਦੋਂ ਉਹਨੂੰ ਉਹ ਜਵਾਨ ਹੋਊਗਾ ਉਬਰ ਦੱਸਿਆ ਕਰੂਗਾ ਜਿੱਦਾਂ ਕੋ ਅਫਸਰ ਬਣਨਾ ਹੋ ਦੱਸਿਆ ਕਰੂਗਾ ਸਾਡੇ ਵੱਡੇ ਵੱਡੇ ਦੇਖੋ ਜਿਹੜੇ ਬੰਦੇ ਦਾ ਇਦਾਂ ਨਾਂ ਰੱਖਿਆ ਗਿਆ ਉਹਦੇ ਤੇ ਕਿੱਡੀ ਮਹਾਰਾਜ ਦੀ ਕਿਰਪਾ ਹੋਊਗੀ ਹਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਐਡੀ ਕਿਰਪਾ ਹੋਣੀ ਆ ਵੀ ਉਹ ਵੀ ਜਿਹਦਾ ਨਾਂ ਹੀ ਆ ਚੀਜ਼ ਤੇ ਰੱਖਿਆ ਗਿਆ ਹਨਾ ਉਹ ਕਾਰਨ ਕਰਾਉਣ ਵਾਲਾ ਮਾਲਕ ਆ ਉਹਦੇ ਤੋਂ ਬਿਨਾ ਪੱਤਾ ਨਹੀਂ ਝੁਲਦਾ ਠੀਕ ਆ ਕਰੇ ਕਰਾ ਹਾਂ ਉਹ ਉਹ ਉਹਦੇ ਤੋਂ ਬਿਨਾ ਪੱਤਾ ਨਹੀਂ ਹਿਲਦਾ ਇਹਨਾਂ ਨੇ ਬਥੇਰੇ ਇੱਥੇ ਜ਼ੋਰ ਲਾਇਆ ਇਹਨਾਂ ਦੀ ਸਰਕਾਰ ਨੇ ਇਹਨਾਂ ਦੀਆਂ ਏਜੰਸੀਆਂ ਨੇ ਹੁਣ ਵੀ ਬੰਦੇ ਫੜੇ ਜਾਂਦੇ ਆ ਵੀ ਕੋਈ ਅਹੀਂ ਇਹਨਾਂ ਚ ਵਿਗਨ ਪਾ ਦਈਏ ਪੀਸਫੁਲੀ ਕਿੰਨੇ ਸ਼ਾਂਤਮਈ ਢੰਗ ਦੇ ਨਾਲ ਬੈਠੇ ਮੈਂ ਤੁਹਾਨੂੰ ਬੇਨਤੀ ਕਰਦਾ ਹੁਣ ਨਾ ਤੁਸੀਂ ਇਸ ਦਮਾ ਚਾਹੇ ਲਾਈਵ ਕਰਕੇ ਵਿੱਚ ਦੀ ਨੰਗੇਓ ਪ੍ਰਸ਼ਾਦਾ ਪੱਕੀ ਜਾਂਦਾ ਕਿਤੇ ਸ਼ਿਕਾਇਤ ਆ ਜਾ ਰਿਹਾ ਕਿਤੇ ਸ਼ਿਕਾਇਤ ਆ ਜਾ ਰਿਹਾ ਮਾ ਕੰਨਾ ਫੀਲਿੰਗ ਹੀ ਹੋਰ ਆ ਬਾਈ ਆ ਦੋ ਤਿੰਨ ਦਿਨ ਮੀਂਹ ਪੈਂਦਾ ਰਿਹਾ ਜਦੋਂ ਜਾ ਕੇ ਮਿਲਦੇ ਸੀ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ ਨਹੀਂ ਤਾਂ ਕੋਈ ਅਸਰ ਤਾਂ ਨਹੀਂ ਮਾ ਕੰਨਾ ਬਾਈ ਡੱਕਾ ਨਹੀਂ 1 0% ਵੀ ਨਹੀਂ ਕਈ ਵੀਰ ਵੀਰ ਨਹੀਂ ਆ ਗੋਦੀ মিডিਏ ਵਾਲੇ ਜਿੱਥੇ ਆਪਣੀਆਂ ਸਾਡੀਆਂ ਟਰਾਲੀਆਂ ਮਾੜੀਆਂ ਮੋਟੀਆਂ ਪੱਟੀਆਂ ਗਈਆਂ ਨਾ ਉਹ ਆਸੇ ਪਾਸੇ ਲੱਗੀਆਂ ਜਾਂ ਕਿਦਾਂ ਆਪਾਂ ਕਹਿ ਦਈਏ ਤਾਂ ਉਹ ਐਵੇਂ ਆਹੋ ਕਰੀ ਜਾਂਦੇ ਆ ਆਹ ਦੇ ਗੋਦੀ ਮੀਡੀਆ ਤੇ ਉੱਥੋਂ ਲੋਕ ਹਿੱਲਣੇ ਸ਼ੁਰੂ ਹੋ ਗਏ ਜੀ ਉੱਤੇ ਉੱਚੇ ਨੀਵੇਂ ਥਾਂ ਤੇ ਹੋਇਆ ਉਹ ਵੀ ਲੋਕ ਹਿੱਲਣੇ ਸ਼ੁਰੂ ਹੋ ਗਏ ਜੀ ਉੱਥੋਂ ਆਉਣੇ ਸ਼ੁਰੂ ਹੋ ਗਏ ਕੋਈ ਨਹੀਂ ਇੱਥੇ ਸਟਾਰਟਿੰਗ ਤੋਂ ਲੈ ਕੇ ਸਰਵੇ ਕਰ ਲੋ ਅਖੀਰ ਤੱਕ ਕੱਠ ਅ ਅੱਜ ਤੇ ਕੱਲ ਨੂੰ ਹੋਰ ਵਧ ਜਾਣਾ ਗੋਦੀ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ ਗੋਦੀ ਮੀਡੀਆ ਵਾਲੇ ਉਹ ਹੀ ਕਵਰ ਕਰਨ ਉੱਥੇ ਆ ਗਏ ਉਹ ਹਾਂ ਜਿਹੜਾ ਹਾਲ ਲੋਕਾਂ ਨੇ ਕੀਤਾ ਹੱਥ ਵੀ ਨਹੀਂ ਲਾਇਆ ਤੇ ਗੋਦੀ ਮੀਡੀਆ ਕਹਿ ਕੇ ਕਿ ਕੰਨਾਂ 'ਚ ਉਂਗਲਾਂ ਪਵਾਤੀਆਂ ਉਹਨਾਂ ਦੇ ਤੇ ਬੁਰਾ ਹਾਲ ਕਰਤਾ ਤੁਸੀਂ ਦੇਖ ਲਓ ਵੀ ਇਹ ਪਹਿਲਾਂ ਮੈਂ ਗਿਆ ਸੀ ਇੱਥੋਂ ਇਹ ਕੋੜਾ ਚੰਗ ਤੱਕ ਸੀਗਾ ਟਰਾਲੀਆਂ ਦਾ ਘੱਟ ਹੁਣ 20 ਕਿਲੋ ਮੀਟਰ ਪਿੱਛੇ ਹੋ ਗਿਆ ਉਹ ਕਣਕਟਾਬੇ ਤੱਕ ਦੇਖ ਲੋ ਵੀ ਪਹੁੰਚ ਚੁੱਕਿਆ ਤੇ ਸਾਨੂੰ ਉਮੀਦ ਇਹ ਹੈ ਵੀ ਇਹ ਰੁਕਤ ਆਪਾਂ ਬਹੁਤ ਜਲਦੀ ਲੰਘਾਂਗੇ ਕਿਉਂਕਿ ਜਿਹੜੀਆਂ ਟਰਾਲੀਆਂ ਹੋਣ ਆਉਣੀਆਂ ਨਾ ਜਿਹੜਾ ਹਜੂਮ ਹੋਣ ਆਣਾ 26 ਜਨਵਰੀ ਕਰਕੇ 26 ਜਨਵਰੀ ਕਰਕੇ ਹੁਣ ਇੱਥੇ ਵੀ ਆ ਜਿਹੜੇ ਲੋਕ ਖੜੇ ਆ ਜਾਂ ਤੁਹਾਡੇ ਮਾਧਿਅਮ ਜਰੀਏ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਜਥੇਬੰਦੀਆਂ ਦੀ ਜਿਹੜੀ ਕਾਲ ਹੈ ਵੀ ਆਪਾਂ ਲੱਖਾਂ ਦਾ ਟਰੈਕਟਰ ਹੀ ਲੈ ਕੇ ਜਾਣਾ ਉੱਥੇ ਬੰਦੇ ਦਾ ਤਾਂ ਬਾਅਦ ਚ ਫਸਾ ਲਗੂ ਕਿੰਨਾ ਕਿ ਜਾਊਗਾ ਸੋ ਅੱਧਰ ਪੰਜਲ ਬੰਦੇ ਵੀ ਹੋਏ ਇੱਕ ਟਰੈਕਟਰ ਤੇ ਤੇ ਪੰਜ ਕੀ ਮੈਂ ਕਹਣਾ ਵੀ ਤੁਸੀਂ ਦੇਖ ਲਓ ਵੀ ਕਿੰਨੇ ਬੰਦੇ ਹੋ ਗਏ ਤੁਸੀਂ ਮਾੜਾ ਸੁੱਖ ਰੱਖੇ ਆਪਾਂ ਪੀਸਫੁਲੀ ਜਾਵਾਂਗੇ ਹੋ ਸਕਦਾ ਇਹ ਮਾੜਾ ਮੋਟਾ ਜੋ ਵੀ ਆਪਦਾ ਹੁੰਦਾ ਉਹ ਕਰਨ ਪਰ ਪੂਰਾ ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਜਿਵੇਂ ਪਹਿਲਾਂ 42 43 ਦਿਨ ਹੋ ਗਏ ਬੈਠਿਆਂ ਨੂੰ ਉਸੇ ਤਰ੍ਹਾਂ ਹੀ ਉਧਣ ਜਾਇਆ ਜਾਊਗਾ ਹਾਂ ਦੇ ਲੋ ਇਹ ਜੇ ਬੰਦੇ ਵੀ ਹੈ ਹਾਂ ਜਵਾਨ ਜੇ ਉਮਰ ਕਿੰਨੀ ਤੁਹਾਡੀ ਮੇਰੀ ਉਮਰ 70 ਸਾਲ ਦੇ ਲੱਭ ਲੱਗੀ ਵੀਰੇ 70 ਸਾਲ ਬਾਪੂ ਦੀ ਉਮਰ ਜਦੋਂ ਦੇਸ਼ ਜਾਦ ਹੋਇਆ ਉਸ ਤੋਂ ਬਾਅਦ 6ਤੀ ਜਨਮ ਹੋਇਆ ਹਣਾ ਪੰਜ-ਛੇ ਸਾਲ ਹੋ ਗਏ ਦੋ-ਚਾਰ ਸਾਲ ਬਾਅਦ ਜਨਮ ਹੋਇਆ ਤੇ ਅੱਜ ਅੰਦੋਲਨ ਦਾ ਹਿੱਸਾ ਬਣਿਆ 84 ਵੀ ਵੇਖੀ ਆ ਇੱਕ ਦਿਨ ਇੱਕ ਦਿਨ ਘਤਰਾਈ ਦੀ ਮੈਂ ਇੱਥੇ ਹਾਂ ਹਾਂ ਜਦੋਂ ਕਿੰਨਾ ਜੇ ਹੋਗਾ ਜਮਾ ਕਰੇ ਪਰ ਫੋਨ ਆਉਂਦਾ ਗਿਆ ਨਹੀਂ ਪਿੰਡ ਇੱਥੇ ਆ 6 ਵਾ ਪਿੱਛੇ ਪਰਵਾਹ ਠੀਕ ਹੈ ਪੂਰਾ ਪੂਰਾ ਫੁੱਲ ਬਰੇ ਭਾਂਡੇ ਮਾਰ ਕੋਈ ਚੜਦੀ ਗਲਾ ਦੇ ਦੇਖਦੇ ਹੋ ਨਾ ਹਾਂ ਕਹਿੰਦੇ ਸਾਨੂੰ ਪਤਾ ਲੱਗ ਜੂ ਬਾਪੂ ਵੀ ਚੜਦੀ ਗਲਾ ਦੇ ਵਿੱਚ ਆ ਇਹ ਇਹ ਜਜਬੇ ਹੁੰਦੇ ਆ ਨਾ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਠੀਕ ਆ ਭਾਈ ਬੈਠੇ ਆ ਡਟ ਕੇ ਜਮਾ ਜਮਾ ਨਹੀਂ ਜਾਂਦੇ ਉਹਨਾਂ ਟਾਈਮ ਜਿੰਨਾ ਟਾਈਮ ਕੋਈ ਹੱਲ ਨਹੀਂ ਹੁੰਦਾ ਵੀਰ ਜੀ 26 ਤਰੀਕ ਦੀ ਜੋ ਜਥੇਬੰਦੀਆਂ ਦੀ ਕਾਲ ਆ ਟਰੈਕਟਰ ਕਾਫਲੇ ਦੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਹਰ ਇੱਕ ਕਿਸਾਨ ਦਾ ਟਰੈਕਟਰ ਪਹੁੰਚਣਾ ਚਾਹੀਦਾ ਪਹਿਲਾ ਟਰੈਕਟਰ ਦਿੱਲੀ ਚ ਵੜ ਕੇ ਤੇ ਅਖੀਰਲੇ ਪੰਜਾਬ ਦੇ ਅੰਮ੍ਰਿਤਸਰ ਤੱਕ ਟਰੈਕਟਰਾਂ ਦਾ ਕਾਫਲਾ ਚੱਲੇ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਆ ਹੱਥ ਜੋੜ ਕੇ ਵੀ ਜਿੱਥੇ ਬੰਦਿਆਂ ਨੇ 2.5 ਲੱਖ ਟਰੈਕਟਰ ਕਿਹਾ ਤੇ 3 ਲੱਖ ਟਰੈਕਟਰ ਕੱਲੇ ਪੰਜਾਬ ਚ ਹੋਣਾ ਚਾਹੀਦਾ ਹਾਂ ਤੇ ਚੜ੍ਹਦੀ ਕਲਾ ਨਾਲ ਸਿੰਘ ਹੋਣਗੇ 8 ਲੱਖ ਹੋਣਾ ਚਾਹੀਦਾ ਫੇਰ ਗੱਲ ਬਣਨੀ ਆ ਇੱਕ ਗੱਲ ਬਾਈ ਹੋਰ ਬੇਨਤੀ ਆ ਤੁਹਾਡੇ ਜਰੀਏ ਮੇਰਾ ਵੀਰ ਨਾ ਅੱਜ ਵੀ ਵਧੀਆ ਵਧੀਆ ਮੈਂ ਦੇਖਿਆ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਜਿਸ ਨਾਲ ਆਪਣਾ ਦਿਲ ਟੁੱਟੇ ਜਾਂ ਆਪਾਂ ਨੂੰ ਨਿਰਾਸ਼ਾ ਆਵੇ ਕਿ ਨਹੀਂ ਭਾਈ ਸੋ ਉਸ ਦਿਨ ਵੀ ਆਪਾਂ ਪੂਰਾ ਧਿਆਨ ਰੱਖਣਾ ਟ੍ਰੈਫਿਕ ਦਾ ਇੱਕ ਲਾਈਨ ਦੇ ਵਿੱਚ ਚੱਲ ਕੇ ਵੀ ਕੋਈ ਆਪਣੇ ਨਿਰਾਸ਼ਾ ਨਾਲ ਆਪ ਨੂੰ ਨਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ ਵੀ ਪੂਰੇ ਪ੍ਰੋਪਰ ਤਰੀਕੇ ਨਾਲ ਟ੍ਰੈਫਿਕ ਦੇ ਨਿਯਮਾਂ ਦਾ ਜਿਵੇਂ ਆਪਾਂ ਨੂੰ ਪਬਲਿਕ ਨੂੰ ਵੀ ਨਹੀਂ ਆਪਾਂ ਲੋਕਲ ਪਬਲਿਕ ਨੂੰ ਹਰਾਸ਼ਮੈਂਟ ਨਹੀਂ ਆਪਾਂ ਦੇਣੀ ਗੋਦੀ ਮੀਡੀਆ ਜਿਹੜੀ ਚੀਜ਼ੀ ਗਲਤ ਵਿਖਾ ਦਿੰਦਾ ਹਨਾ ਅੱਜ ਕਿਤੇ ਟਰੈਕਟਰ ਇੱਥੋਂ ਪੱਟੇ ਤਾਂ ਨਹੀਂ ਗਿਆ ਜਿਹੜੇ ਟਰੈਕਟਰ ਆਏ ਸੀ ਉਹ ਪੰਜਾਬ ਤੋਂ ਜਾਂ ਹਰਿਆਣੇ ਤੋਂ ਹੀ ਨਿਕਲੇ ਹੋਏ ਸੀ ਕਿ ਇੱਥੋਂ ਲੈ ਕੇ ਗਏ ਸੀ ਕਈ ਵਾਰ ਇਹ ਕਹਿ ਦਿੰਦੇ ਆ ਨਹੀਂ ਨਹੀਂ ਇੱਥੋਂ ਟਰੈਕਟਰ ਜਿਹੜੇ ਪੰਜਾਬ ਵਾਲੇ ਤਾਂ ਹਜੇ ਆਉਣੇ ਆ ਐਵੇਂ ਤੁਹਾਨੂੰ ਕਹਿ ਰਹੀਏ ਜਿਹੜੇ ਲੋਕ ਸਾਡੇ ਇੱਥੇ ਖੜੇ ਆ ਟਰੈਕਟਰਾਂ ਤੇ ਆਏ ਵੇ ਆ ਉਹੀ ਟਰੈਕਟਰ ਇੱਥੋਂ ਗਏ ਸਾਰੇ ਤਾਂ ਨਹੀਂ ਗਏ ਸਾਰੇ ਨਹੀਂ ਬਾਈ ਮੈਂ ਤੁਹਾਨੂੰ ਦੱਸਿਆ ਵੀ 30% ਟਰੈਕਟਰ ਗਏ ਆ ਜੀ 30 ਆਹ ਦੇਖ ਲਓ ਟਰੈਕਟਰ ਖੜੇ ਆ ਬੰਨੇ ਵੇ ਕੇ ਇਹਨੀਆਂ ਰਸੀਆਂ ਰੁੱਸੀਆਂ ਬੰਨੀਆਂ ਹੋਈਆਂ ਉਦੋਂ ਨੂੰ ਇਹਨਾਂ ਨੇ ਆ ਪੱਕੇ ਕਰੇ ਵੇ ਆ ਬਹੁਤ 50 60% ਟਰੈਕਟਰ ਜਿਹੜੇ ਪੱਕੇ ਕਰੇ ਪਏ ਆ ਜਿੱਦਣ ਨੂੰ 26 ਜਨਵਰੀ ਆਉਣੀ ਆ ਉਦੋਂ ਨੂੰ ਸਾਰਿਆਂ ਨੇ ਰਸੀਆਂ ਰੁੱਸੀਆਂ ਖੋਲ ਕੇ ਆਪ ਦਾ ਹੋਰ ਡੀਗਾਰਡਮੈਂਟ ਕੋਈ ਕਰਕੇ ਇਹ ਸਾਰੇ ਕੱਢ ਲੈਣੇ ਆ ਸਾਰੇ ਜੇਕਰ ਗੱਲ ਕਰੀਏ ਅ ਇਹ ਵੀ ਕਿਤੇ ਖੜਦਾ ਤਾਂ ਖੜਦਾ ਤਾਂ ਨਹੀਂ ਜਰਤਾ ਨਹੀਂ ਲੱਗਦੀ ਤੇਲ ਪਾਣੀ ਚੈੱਕ ਕਰਿਆ ਬੈਟਰੀ ਚੈੱਕ ਕਰੀਏ ਨੇ ਸਭ ਤਿਆਰ ਨੇ ਇੱਕ 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 ਗੱਲ ਹੋਰ ਤੁਹਾਡੇ ਨਾਲ ਟਰੈਕਟਰ ਜੇ ਕਿਸੇ ਦੇ ਟਰੈਕਟਰ ਨੂੰ ਪ੍ਰੋਬਲਮ ਆ ਆਪਣੇ ਕੋਲੇ ਮਿਸਤਰੀ ਆਏ ਹੋਏ ਆ ਆਪਾਂ ਟਰੈਕਟਰ ਦਾ ਮੈਂ ਕਹਿੰਨਾ ਸੰਪਰਕ ਕਰੋ ਆਪਣਾ ਜਿੱਦਾਂ ਮੇ ਸਾਡੇ ਵਾਲੇ 42 43 ਨੰਬਰ ਖੰਭੇ ਤੇ ਆ ਕੇ ਜਿਹੜਾ ਟਿਕਰੀ ਬਾਰਡਰ ਤੇ ਆ ਸਾਈ ਮੰਦਰ ਦੇ ਸਾਹਮਣੇ ਜਲਾਲ ਵਾਲਿਆਂ ਦੀ ਟਰਾਲੀ ਉੱਥੇ ਆ ਕੇ ਸੰਪਰਕ ਕਰ ਲੈਣ ਉੱਥੇ ਮਿਸਤਰੀ ਬੈਠੇ ਆ ਉਹ ਉਹਦੇ ਨਾਲ ਉਹਨਾਂ ਦੀ ਸੇਵਾ ਬਾਈ ਏਡੀ ਵੱਡੀ ਆ ਇੱਕ ਦੇ ਟਰੈਕਟਰ ਨੂੰ ਬਾਈ ਨੂੰ ਪ੍ਰੋਬਲਮ ਆ ਗਈ ਕਿ ਉਹਨਾਂ ਨੇ ਇੰਜਨ ਹੀ ਦੁਬਾਰੇ ਕਰਤਾ ਗੇਅਰ ਦੀ ਕਿਸੇ ਨੂੰ ਇੰਜਨ ਹੀ ਉਹ ਘਟੋਕ ਬਹੁਤ ਟਰੈਕਟਰ ਜਿੱਦਾਂ ਠੀਕ ਕਰ ਚੁੱਕੇ ਆ ਇੱਥੇ ਤੁਹਾਡੇ ਇੱਕ ਚੈਨਲ ਦੇ ਜ਼ਰੀਏ ਬੇਨਤੀ ਕਰਦੇ ਆ ਜੇ ਕਿਸੇ ਦੇ ਟਰੈਕਟਰ ਨੂੰ ਪ੍ਰੋਬਲਮ 26 ਤੋਂ ਪਹਿਲਾਂ ਪਹਿਲਾਂ ਠੀਕ ਕਰਾ ਲਓ ਮੇਰੇ ਵੀਰ ਬਾਤੋ ਮਤਲਬ ਕਿਹੇ ਚੀਜ਼ ਦੀ ਦਿੱਕਤ ਨਾ ਆਵੇ ਮੈਂ ਕਹਿੰਦਾ ਨਹੀਂ ਬਈ ਪਹਿਲੀ ਸੈਲਫ ਤੇ ਬਾਸ ਪਹਿਲੀ ਸੈਲਫ ਤੇ ਸਟਾਰਟ ਹੋਵੇ ਤੇ ਆ ਫਰਾਟੇ ਮਾਰਦਾ ਜਾਵੇ ਪ੍ਰੋਪਰ ਤਰੀਕੇ ਨਾਲ ਸ਼ਾਂਤ ਮੈਂ ਢੰਗ ਨਾਲ ਆਪਾਂ ਦੱਸਣਾ ਇਹਨਾਂ ਨੂੰ ਵੀ ਆਪਾਂ ਦੇ ਲੋ ਵੀ ਇੱਥੇ ਆਏ ਆ ਆਪਾਂ ਆਪਾਂ ਦੁੱਖਾਂ ਦੇ ਮਾਰੇ ਆਏ ਤੇ ਆਪਾਂ ਕੋਈ ਡਿਸਟਰਬ ਕਰਨ ਦਾ ਆਪਾਂ ਨੂੰ ਜਿਹੜੀ ਲੋਕਲ ਦਿੱਲੀ ਦੇ ਲੋਕ ਆ ਉਹਨਾਂ ਨੂੰ ਸਾਡਾ ਕੋਈ ਮਕਸਦ ਨਹੀਂ ਵੀ ਅਸੀਂ ਉਹਨਾਂ ਨੂੰ ਡਿਸਟਰਬ ਕਰੀਏ ਜਿਹੜੇ ਆਪਾਂ ਕੇਸਰੀ ਝੰਡਾ ਲੱਗ ਗਿਆ ਵੀਰ ਤੇ ਉਹਨੇ ਜਾ ਕੇ ਤੇ ਸਭ ਤੋਂ ਉੱਚਾ ਕਰਕੇ ਲਾਤਾ ਤੇ ਇਧਰਲੇ ਪਾਸੇ ਵੀ ਲਾ ਦਿੱਤੇ ਤੇ ਇਹ ਜਜਵੇ ਹੁੰਦੇ ਹਨਾ ਜਦੋਂ ਕਿਸੇ ਜਜਬਾ ਹੋਵੇ ਮਨ ਦੇ ਵਿੱਚ ਤੇ ਕੇਸਰੀ ਨਿਸ਼ਾਨ ਤਾਂ ਫਿਰ ਝੂਲਣਗੇ ਹਨਾ ਜਦੋਂ ਨਿਸ਼ਾਨ ਸਾਹਿਬ ਦੀ ਗਵਾਹੀ ਹੁੰਦੀ ਆ ਤੇ ਫਿਰ ਜਿੱਤ ਵੀ ਜਿਹੜੀ ਉਹ ਫਤਿਹ ਬਿਲਕੁਲ